ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਆਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਆਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਬਲ ਪੰਜਾਬ ਦੇ ਵਿੱਚ ਸ੍ਰੀ ਗੁਰੂ ਰਵੀਦਾਸ ਜਨਮ ਦਿਨ ਮੌਕੇ ਸਰਕਾਰੀ ਛੁੱਟੀ ਦਾ ਐਲਾਨ ਪੰਜਾਬ ਦੇ ਵਿੱਚ ਸ੍ਰੀ ਗੁਰੂ ਰਵੀਦਾਸ ਜਨਮ ਦਿਵਸ ਮੌਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ 24 ਫਰਵਰੀ ਨੂੰ ਸੂਬੇ ਭਰ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਇਸ ਦਿਨ ਸੂਬੇ ਭਰ ਦੇ ਸਕੂਲਾਂ ਕਾਲਜਾਂ ਤੇ ਹੋਰ ਵਪਾਰਕ ਇਕਾਈਆਂ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਸ੍ਰੀ ਗੁਰੂ ਰਵੀਦਾਸ ਜਨਮ ਦਿਵਸ ਦੇ ਮੌਕੇ ਤੇ ਸਰਕਾਰ ਦੇ ਵੱਲੋਂ ਛੁੱਟੀ ਐਲਾਨੀ ਗਿਆ ਤਦ ਦਿਨ ਸਾਰੇ ਸਰਕਾਰੀ ਕਾਲਜ ਸਕੂਲ ਅਤੇ ਹੋਰ ਸਰਕਾਰੀ ادارے ਜਿਹੜੇ ਬੰਦ ਰਹਿਣਗੇ ਅਗਲੀ ਖਬਰ ਸਿੱਖਿਆ ਮੰਤਰੀ ਦੇ ਵੱਲੋਂ ਵੱਡਾ ਐਕਸ਼ਨ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ੇ ਦੇ ਵਜੋਂ ਨਾ ਪੜਾਉਣ ਵਾਲੇ ਜਲੰਧਰ ਦੇ ਇੱਕ ਨਿੱਜੀ ਸਕੂਲ ਨੂੰ ਕਾਰਨ ਦਸੋ ਨੋਟਿਸ ਜਾਰੀ ਪੰਜਾਬ ਦੇ ਸਕੂਲਾਂ ਸਿੱਖਿਆ ਵਿਭਾਗ ਦੇ ਵੱਲੋਂ ਜਲੰਧਰ ਦੇ ਕੈਮਬ੍ਰਿਜ ਸਕੂਲ ਨੂੰ ਪੰਜਾਬੀ ਵਿਸ਼ੇ ਨੂੰ ਲਾਜ਼ਮੀ ਵਿਸ਼ੇ ਦੇ ਵਜੋਂ ਨਾ ਪੜਾਉਣ ਦੇ ਸਬੰਧੀ ਕਾਰਨ ਦਸੋ ਨੋਟਿਸ ਜਾਰੀ ਕੀਤਾ ਹੈ ਤੇ ਇਸ ਸਬੰਧੀ ਜਾਣਕਰ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਧਿਆਨ ਦੇ ਵਿੱਚ ਆਇਆ ਸੀ ਕਿ ਜਲੰਧਰ ਦੀ ਛੋਟੀ ਬਰਾਦਰੀ ਨਦੀਕ ਸਥਿਤ ਕੈਂਬਰੇਜ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਵਿਸ਼ਾ ਲਾਜ਼ਮੀ ਵਿਸ਼ੇ ਵਜੋਂ ਨਹੀਂ ਪੜਾਇਆ ਜਾ ਰਿਹਾ ਜਸਤੇ ਉਨ੍ਹਾਂ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਹੁਦਾਏ ਤਾਂ ਕਿ ਕਿ ਕੈਂਬਰੇਜ ਸਕੂਲ ਜਲੰਧਰ ਨੂੰ ਇਸ ਸਬੰਧੇ ਕਾਰਨ ਦਸੋ ਨੋਟਿਸ ਜਾਰੀ ਕੀਤਾ ਜਾਵੇ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟੇ ਵਾਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਆ ਕਾਲੀ ਦਲ ਭਾਈ ਭਾ ਵਿਚਾਲੇ ਹਜੇ ਕੁਝ ਤੈ ਨਹੀਂ ਹੋਇਆ ਫੈਸਲਾ ਗੱਲਬਾਤ ਹਜੇ ਚੱਲ ਰਹੀ ਐ ਅਮਿਤ ਸ਼ਾ ਤਾਂ ਦੋਸਤੋ ਦੇਖਦੇ ਗ੍ਰਹਿ ਮੰਤਰੀ ਅਮਿਤ ਸ਼ਾ ਨੇ ਪੰਜਾਬ ਦੇ ਵਿੱਚ ਭਾਈ ਭਾ ਕਾਲੀ ਦਲ ਗੜਜੋੜ ਦੀਆਂ ਆਟਕਲਾਂ ਤੇ ਸਪਾਈ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਪੰਜਾਬ ਦੇ ਵਿੱਚ ਸਿਆਸੀ ਵਿਸਾਰ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਆ ਅਕਾਲੀ ਦਲ ਦੇ ਨਾਲ ਹਜੇ ਤੱਕ ਕੁਝ ਵੀ ਤੈ ਨਹੀਂ ਹੋਇਆ ਹੈ ਪਰ ਅਜ ਤੱਕ ਭਾਈਪਾ ਨੇ ਆਪਣੇ ਕਿਸੇ ਸਹਿਯੋਗੀ ਨੂੰ ਪਾਰਟੀ ਛੱਡਣ ਦੇ ਲਈ ਨਹੀਂ ਕਿਹਾ ਹੈ ਅਮਿਤ ਸਾਰੇ ਸਪਸ਼ਟਾ ਕੀਤਾ ਕਿ ਅਕਾਲੀ ਦਲ ਬਾਰੇ ਹਜੇ ਤੱਕ ਕੁਝ ਵੀ ਤੈ ਨਹੀਂ ਆ ਗੱਲਬਾਤ ਚੱਲ ਰਹੀ ਆ ਪਰ ਪਾਇਪਾ ਦੇ ਹਾਲਾਤ ਸਮੇਂ ਕਰਨ ਅਤੇ ਕੁੱਝ ਖੇਤਰੀ ਆਗੂ ਇਹਦੇ ਹੱਕ ਦੇ ਵਿੱਚ ਨਹੀਂ ਜਾਪਦੇ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੇ ਇਹ ਦਿਨ ਹੋਵੇਗੀ ਮੀਟਿੰਗ ਤਾਂ ਦੋਸਤੋ ਕਿਸਾਨਾਂ ਦੇ ਦਲੇ ਕੂਚਾ ਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਹਰਕਤ ਵਿੱਚ ਆ ਗਿਆ ਕੇਂਦਰ ਸਰਕਾਰ ਨੇ 12 ਫਰਵਰੀ ਨੂੰ ਗੱਲਬਾਤ ਲਈ ਕਿਸਾਨ ਆਗੂਆਂ ਨੂੰ ਸੱਦ ਦਿੱਤਾ ਹੈ ਤੇ ਇਸ ਸਬੰਧੇ ਸਰਕਾਰ ਦੇ ਵੱਲੋਂ ਇੱਕ ਨੋਟ ਵੀ ਜਾਰੀ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ ਕਿਸਾਨ ਜੁਨੀਆਨੰਦਕ ਮੰਗਾ ਨੂੰ ਲੈ ਕੇ ਕੇਂਦਰ ਸਰਕਾਰ ਦੇ ਮੰਤਰੀ ਅਰਜਨ ਮੁੰਡਾ ਪਿਊਸ਼ ਗੋਇਲਾ ਤੇ ਨਿਤਿਆਨੰਦ ਰਾਏ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਨਗੇ ਦੱਸਦੇ ਕਿ ਕਿਸਾਨ ਜੱਤ ਬੰਗਾਂ ਨੇ 13 ਫਰਵਰੀ ਤੋਂ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਲਈ ਹਰਿਆਣਾ ਸਰਕਾਰ ਵੱਡੇ ਪ੍ਰਬੰਧ ਕਰ ਰਹੀ ਹੈ ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ ਤੇ ਰੋਕ ਲਗਾਰ ਤਿਆ ਕਿਸਾਨਾਂ ਦੇ 13 ਫਰਵਰੀ ਨੂੰ ਪ੍ਰਸਤਾਵਿਤ ਦਿੱਲੀ ਚਲੋ ਮਾਰਚ ਤੋਂ ਪਹਿਲਾਂ ਅੰਬਾਲਾ ਜੀਦਾ ਤੇ ਫਤਿਆਬਾਦ ਜ਼ਿਲ੍ਹਿਆਂ ਵਿੱਚ ਪੰਜਾਬ ਹਰਿਆਣਾ ਸਰਹੱਦਾਂ ਨੂੰ ਸੀਲ ਕਰਨ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਹਰਿਆਣਾ ਪੁਲਤ ਨੇ ਬੀਤੇ ਦਿਨ ਇੱਕ ਟ੍ਰੈਫਿਕ ਦਾ ਐਡਵਾਈਜ਼ਰੀ ਜਾਰੀ ਕਰਕੇ ਹਰਿਆਣਾ ਤੋਂ ਪੰਜਾਬ ਦੇ ਮੁੱਖ ਮਾਰਗਾਂ ਤੇ ਸੰਭਾਵਿਤ ਆਵਾਜਾਈ ਵਿਗੰਨ ਦੀ ਉਮੀਦ ਕਰਦੇ ਹੋਏ ਯਾਤਰੀਆਂ ਨੂੰ 13 ਫਰਵਰੀ ਨੂੰ ਬਹੁਤ ਸਾਰੇ ਬਹੁਤ ਜ਼ਰੂਰੀ ਹੁਣ ਤੇ ਰਾਜਦਾਨਾ ਸੜਕਾਂ ਤੇ ਯਾਤਰਾ ਕਰਨ ਦੀ ਤਾਕੀਦ ਕੀਤੀ ਹੈ ਦਿੱਲੀ ਕੂਚ ਦੇ ਨਾਲ ਹੀ ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਨੂੰ ਘੇਰਨ ਦਾ ਵੀ ਐਲਾਨ 24 ਫਰਵਰੀ ਨੂੰ ਹੋਵੇਗਾ ਵੱਡਾ ਐਕਸ਼ਨ ਕਿਸਾਨ ਆंदोलਨ ਮੜ ਪਖਣ ਲੱਗਾ ਹੈ ਕੁੱਝ ਕਿਸਾਨ ਜਥੇਬੰਦੀਆਂ ਦਿੱਲੀ ਨੂੰ ਘੇਰਨ ਦੀਆਂ ਤਿਆਰੀਆਂ ਕਰ ਰਹੀਆਂ ਹਨ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਣ ਚੰਡੀਗੜ੍ਹ ਘੇਰਨ ਦਾ ਐਲਾਨ ਕਰ ਦਿੱਤਾ ਹੈ ਕਿਸਾਨ ਜੁਨਨ ਨੇ ਕਿਸਾਨਾਂ ਦਾ ਮੰਗਾ ਮਨਮੋਣ ਲਈ ਅਗਲੇ ਐਕਸ਼ਨਾਂ ਪ੍ਰੋਗਰਾਮ ਦਾ ਫੈਸਲਾ ਕਰਦਿਆ 24 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ 10 ਦੇ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਕਿਸਾਨ ਮਜ਼ਦੂਰ ਪੱਕੇ ਨਮੀ ਖੇਤੀ ਨੀਤੀ ਅਤੇ ਹੋਰ ਕਿਸਾਨੀ ਮੁੱਦਿਆਂ ਦੇ ਹੱਲ ਦੇ ਲਈ ਪੰਜਾਬ ਸਰਕਾਰ ਦੇ ਖਿਲਾਫ ਡਿਪਟੀ ਕਮਿਸ਼ਨਰਾਂ ਦਫ਼ਤਰਾਂ ਅੱਗੇ ਦਿੱਤੇ ਜਾ ਰਹੇ ਧਰਨੇ ਸ਼ਨੀਵਾਰ ਨੂੰ ਸਮਾਪਤ ਹੋ ਗਏ ਸੰਗਰੂਰ ਵਿੱਚ ਜਥੇਬੰਦੀ ਦੇ ਸੁਭਾ ਪ੍ਰਧਾਨ ਜੋਗਿੰਦਰ ਸਿੰਘਾ ਉਗਰਾਹਾਂ ਨੇ ਐਸਾ ਪੰਜ ਰੋਜਾ ਮੋਰਚੇ ਦੀ ਸਮਾਪਤੀ ਦੇ ਦੌਰਾਨ ਸੰਬੋਧਨ ਕਰਦਿਆਂ 24 ਫਰਵਰੀ ਨੂੰ ਚੰਡੀਗੜ੍ਹ ਵਿਖੇ ਅਣਮਿੱਥੇ ਸਮੇਂ ਦੇ ਲਈ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ ਮੋਰਚੇ ਦੀਆਂ ਤਿਆਰੀਆਂ ਦੇ ਲਈ 13 14 ਤੇ 15 ਫਰਵਰੀ ਨੂੰ ਜ਼ਿਲ੍ਹਾ ਪੱਧਰੀ ਕਾਨਫਰੰਸਾਂ ਕੀਤੀਆਂ ਜਾਣਗੀਆਂ ਅਗਲੀ ਵੱਡੀ ਖਬਰ ਆ ਪਾਕਿਸਤਾਨ ਦੇ ਵਿੱਚ ਫਿਰ ਤੋਂ ਹੋਣਗੀਆਂ ਚੋਣਾਂ ਜਾਣੋ ਚੋਣਾਂ ਕਮਿਸ਼ਨ ਨੇ ਕਿਉਂ ਲਿਆ ਇਹ ਫੈਸਲਾ ਪਾਕਿਸਤਾਨ ਤੋਂ ਵੱਡੀ ਖਬਰ ਸਾਹਮਣੇ ਇਹ ਤੇ ਤਿੰਨ ਦਿਨਾਂ ਤੋਂ ਚੱਲੀ ਆ ਰਹੀ ਵੋਟਾਂ ਦੀ ਗਿਣਤੀ ਹਜੇ ਪੂਰੀ ਨਹੀਂ ਹੋਈਆ ਹੁਣ ਤੱਕ ਦੇ ਨਤੀਜਿਆਂ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਇਸ ਦਰੰਪਾਕਿਸਤਾਨ ਚੋਣ ਕਮਿਸ਼ਨ ਨੇ ਮੜ ਕਈ ਸੀਟਾਂ ਤੇ ਚੋਣਾ ਕਰਵਾਉਣ ਦਾ ਐਲਾਨ ਕੀਤਾ ਹੈ ਦਰਅਸਲ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ VOTING ਸਮੱਗਰੀ ਨੂੰ ਖੋਨਾ ਅਤੇ ਨੁਕਸਾਨ ਪਹੁੰਚਾਉਣ ਦੀਆਂ ਸ਼ਿਕਾਇਤਾਂ ਦੀ ਜਾਂਚ ਤੋਂ ਬਾਅਦ ਦੇਸ ਭਰ ਦੇ ਕਈ ਪੋਲਿੰਗ ਸਟੇਸ਼ਨਾਂ ਤੇ ਦੁਬਾਰਾ ਚੋਣ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ ਕਮਿਸ਼ਨ ਨੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਤੇ ਪੋਲਿੰਗ ਸਮੱਗਰੀ ਨੂੰ ਖੋਨਾ ਤੇ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਬਾਰੇ ਦੇਖਦੇ ਵੱਖ-ਵੱਖ ਹਿੱਸਿਆਂ ਤੋਂ ਸ਼ਿਕਾਇਤਾਂ ਦਾ ਜਵਾਬ ਦਿੱਤਾ ਜਿਸ ਦੇ ਨਾਲ ਸਥਾਨਕ ਚੋਣ ਅਧਿਕਾਰੀਆਂ ਨੂੰ ਪੋਲਿੰਗ ਪ੍ਰਕਿਰਿਆ ਨੂੰ ਮੁਲਤਵੀ ਕਰਨ ਲਈ ਮਜਬੂਰ ਕੀਤਾ ਗਿਆ। ਅਗਲੀ ਵੱਡੀ ਖਬਰ ਆਬਿਆਂ ਦੇ ਵਿੱਚ ਆ ਫਾਇਰ ਕੱਢਣ ਵਾਲਿਆਂ ਦੀ ਆਵੇਗੀ ਸ਼ਾਮਤ ਹਥਿਆਰਾਂ ਦੇ ਲਾਇਸੈਂਸ ਹੁਣਗੇ ਰੱਦ ਤੁਹਾ ਦੋਸਤੋ ਵਿਆਹ ਸਮਾਗਮਾਂ ਦੇ ਵਿੱਚ ਆ ਫਾਇਰਿੰਗ ਕਰਨਾ ਆਮ ਗੱਲ ਹੋ ਗਿਆ ਵਿਆਹ ਦੇ ਵਿੱਚ ਆ ਫਾਇਰਿੰਗ ਕਰਨਾ ਇੱਕ ਸੋਸ਼ਲ ਸਟੇਟਸ ਬਣਦਾ ਜਾ ਰਿਹਾ ਤੇ ਹੁਣ ਵਿਆਹ ਸਮਾਗਮਾਂ ਜਾਂ ਕਿਸੇ ਹੋਰ ਜਨਤਾ ਕਾ ਥਾਂ ਤੇ ਫਾਇਰ ਕਰਨਾ ਮਹਿੰਗਾ ਪਵੇਗਾ ਪੁਲਿਸ ਲਾਇਸੈਂਸ ਹਥਿਆਰ ਦੀ ਗਲਤ ਤਰੀਕੇ ਨਾਲ ਵਰਤੋਂ ਕਰਨ ਵਾਲਿਆਂ ਦੇ ਖਿਲਾਫ ਸਖਤ ਐਕਸ਼ਨ ਲਵੇਗੀ ਅਜਿਹੇ ਲੋਕਾਂ ਦੇ ਲਾਇਸੈਂਸ ਅਰਧ ਹੋਣਗੇ ਪੁਲਿਸ ਇਹ ਐਕਸ਼ਨ ਵਿਆਸ ਸਮਾਗਮ ਦੇ ਵਿੱਚ ਫਾਇਰਿੰਗ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਇਹ ਵੱਡਾ ਫੈਸਲਾ ਲੈਣ ਜਾ ਰਹੀ ਹੈ 13 ਫਰਵਰੀ ਨੂੰ 25000 ਅਗਨੀਵੀਰ ਦੇ ਲਈ ਭਰਤੀ ਇਸ ਵਾਰ ਫੌਜ ਨੇ ਕੀਤੇ ਇਹ ਵੱਡੇ ਬਦਲਾ ਤਾਂ ਦੋਸਤੋ ਅਗਨੀਪਥ ਸਕੀਮ ਤਹਿਤਾ ਭਾਰਤੀ ਭਾਰਤੀ ਫੌਜ ਵਿੱਚ 25000 ਅਗਨੀ ਬਿਰਾਂ ਦੇ ਭਰਤੀ ਦੇ ਲਈ ਅਰਜ਼ੀ ਦੀ ਪ੍ਰਕਿਰਿਆ 8 ਜਨਵਰੀ ਤੋਂ ਸ਼ੁਰੂ ਹੋਣੀ ਸੀ ਪਰ ਹਜੇ ਤੱਕ ਸ਼ੁਰੂ ਨਹੀਂ ਹੋਈ ਫੌਜ ਦੀ ਭਰਤੀ ਵੈਬਸਾਈਟ joinindianarmy.nic.in ਤੇ ਜਾਰੀ ਨੋਟੀਫਿਕੇਸ਼ਨ ਮੁਤਾਬਕ ਆਮ ਦਾਖਲਾ ਪ੍ਰਕਿਰਿਆ 2024-25 ਦੇ ਲਈ ਆਨਲਾਈਨ ਅਰਜੇ ਪ੍ਰਕਿਰਿਆ 13 ਫਰਵਰੀ ਤੋਂ ਸ਼ੁਰੂ ਹੋਵੇਗੀ ਆਮ ਦਾਖਲਾ ਪ੍ਰੀਖਿਆ ਦੇ ਲਈ ਰਜਿਸਟ੍ਰੇਸ਼ਨ 13 ਫਰਵਰੀ 2024 ਨੂੰ ਲਾਈਵ ਹੋ ਜਾਵੇਗੀ ਅਰਜੇ ਦੀ ਆਖਰੀ ਮਿਤੀ 21 ਮਾਰਚ ਆਮੀਰਵਾਰ ਨੂੰ ਅਰਜੇ ਫਾਰਮ ਭਰਨ ਵੇਲੇ ਸਾਵਧਾਨ ਰਹਿਣਾ ਹੋਵੇਗਾ ਕਿਉਂਕਿ ਇੱਕ ਵਾਰ ਵੀਰਵੇ ਜਮ੍ਹਾਂ ਕਰਵਾਏ ਜਾਣ ਤੋਂ ਬਾਅਦ ਐਸ ਨੂੰ ਅੰਤਮ ਮੰਨਿਆ ਜਾਵੇਗਾ ਹਰਿਆਣਾ ਵਿੱਚ 3 ਦਿਨਾਂ ਦੇ ਲਈ ਇੰਟਰਨੈਟ ਸੇਵਾਵਾਂ ਕੀਤਿਆਂ ਬੰਦ ਦਾ ਧਾਰ 144 ਲਾਗੂ ਤਾਂ ਦੋਸਤੋ ਹਰਿਆਣਾ ਸਰਕਾਰ ਨੇ ਤੇਰਾ ਫਾਰਬਲਿਕ ਸਨਦ ਦਿੱਲੀ ਕੂਚਾ ਮਾਰਚ ਤੋਂ ਪਹਿਲਾਂ ਅੰਬਾਲਾ ਕੁਰੂ ਖੇਤਰ ਕੈਤਲ ਜੀ ਦਾ ਹਿਸਾਰ ਫਤਿਆਬਾਦ ਅਤੇ ਸਰਸਾ ਜ਼ਿਲ੍ਹਿਆਂ ਦੇ ਅਧਿਕਾਰ ਖੇਤਰ ਵਿੱਚ ਬੋਇਸ ਕਾਲਾਂ ਨੂੰ ਛੱਡ ਕੇ ਮੋਬਾਈਲ ਨੈੱਟਵਰਕਾਂ ਤੇ ਮੁਹੱਈਆ ਕਰਵਾਈਆਂ ਜਾਂਦੀਆਂ ਮੋਬਾਈਲ ਨੈੱਟਵਰਕ ਸੇਵਾਵਾਂ ਮੋਬਾਈਲ ਇੰਟਰਨੈਟ ਸਿਬਾਮਾ ਐਸਐਮਐਸ ਅਤੇ ਸਾਰੀਆਂ ਡੋਂਗਲ ਸਿਬਾਮਾ ਆਦ ਨੂੰ ਮਤਲ ਕਰ ਦਿੰਦਾ ਹੈ ਇਹ ਹਕਮ 11 ਫਰਵਰੀ ਨੂੰ ਸਵੇਰੇ ਸ਼ੀਭੈ ਤੋਂ ਲੈ ਕੇ 13 ਫਰਵਰੀ ਰਾਤ 12 ਵਜੇ ਤੱਕ ਲਾਗੂ ਰਹਿਣਗੇ ਇੱਥੇ ਸੁਰੱਖਿਆ ਦੇ ਮੱਦੇ ਨਾਜ਼ਰ ਹਰਿਆਣਾ ਦੇ 11 ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਅੰਬਾਲਾ ਕੁਰੂਕhetra ਜੀ ਦਾ ਹਿਸਾਰ ਫਤਿਹਬਾਦ ਸਰਸਾ ਕੈਥਲਾ ਸੂਨੀਪਾਟਾ ਝੱਜਰ ਰੋhta ਅਤੇ ਪੰਜ ਕੁਲਾ ਦੇ ਵਿੱਚ ਧਾਰਾ 144 ਲਾਗੂ ਕੀਤੇ ਗਿਆ ਅੰਬਾਲਾ ਦੇ ਵਿੱਚ ਹਰਿਆਣਾ ਪੁਲਿਸ ਨੇ ਹਰਿਆਣਾ ਪੰਜਾਬ ਦੇ ਸਰਾਧ ਨੂੰ ਬੈਰੀਕੇਡਲ ਲਗਾ ਕੇ ਸੀਲ ਕਰ ਦਿੱਤਾ ਅੰਬਾਲਾ ਦੇ ਵਿੱਚ ਧਾਰ 144 ਲਾਗੂ ਕੀਤਾ ਗਿਆ ਏਡੀਜੀਪੀ ਨੇ ਅਧਿਕਾਰੀਆਂ ਦੇ ਨਾਲ ਮੀਟਿੰਗ ਤੋਂ ਬਾਅਦ ਦੱਸਿਆ ਕਿ ਫੋਰਸ ਕਾਫੀ ਹੈ ਸਾਰੇ ਪੁਲਿਸ ਅਧਿਕਾਰੀ ਵੀ ਮੌਕੇ ਦਾ ਮੌਈਨਾ ਕਰਦੇ ਉੱਥੇ ਪੁਲਿਸ ਬਲ ਤੈਨਾਤ ਕਰ ਦਿੱਤਾ ਗਿਆ ਕਈ ਥਾਂ ਤੋਂ ਰਸਤਾ ਵੀ ਮੋੜ ਦਿੱਤਾ ਗਿਆ ਪਰ ਇਸ ਕਾਰਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਮਣਾ ਕਰਨਾ ਪਰਿਆ ਤੇ ਉਧਰ ਪੰਜਾਬ ਦੇ ਵਿੱਚ ਵੀ ਜੇਕਰ ਫਲਾਤ ਵਿਗੜਦੇ ਹਨ ਤਾਂ ਇੰਟਰਨੈਟ ਸਬਾਮਾ ਨੂੰ ਮੋਤਲ ਕੀਤਾ ਜਾ ਸਕਦਾ ਹੈ ਪੰਜਾਬੀ ਗਾਇਕ ਦੇ ਦੇਹਾਂ ਦੇ ਨਾਲ ਸੰਗੀਤ ਜਗਤ ਵਿੱਚ ਸੁਖ ਦੀ ਲਹਿਰ ਹੈ ਕਲਾਕਾਰਾਂ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਪੰਜਾਬੀ ਸੰਗੀਤ ਜਗਤ ਨੂੰ ਬੁਰੀ ਖਬਰ ਸਾਹਮਣੇ ਆ ਰਹੀ ਐ ਇਸ ਖਬਰ ਨੂੰ ਜਾਣ ਪੰਜਾਬੀਆਂ ਨੂੰ ਵੱਡਾ ਝਟਕਾ ਲੱਗੇਗਾ ਦਰਅਸਲ ਕਈ ਪੰਜਾਬੀ ਅਤੇ ਧਾਰਮਿਕ ਗੀਤਾਂ ਨੂੰ ਆਪਣੀ ਆਵਾਜ਼ ਦੇ ਚੁੱਕੇ ਗਾਇਕ ਬੁੱਟਾ ਪਰਦੇਸੀ ਦਾ ਦੇਹਾਂਤ ਹੋ ਗਿਆ ਜਾਣਕਾਰੀ ਦੇ ਲਈ ਦੱਸਦੇ ਕਿ ਹਲਕਾ ਦਿਨਨਗਰ ਦੇ ਪਿੰਡ ਲੰਗੇ ਦੇ ਬਸਨੀਕਾ ਬੂਟਾ ਪ੍ਰਦੇਸੀ ਗਾਇਕ ਹੁਣ ਦੇ ਨਾਂ ਨਾਲ ਇੱਕ ਚੰਗੇ ਗੀਤਕਾਰ ਵੀ ਸਨ ਉਹ ਨਿੱਕੀ ਉਮਰ ਤੇ ਸੰਗੀਤ ਜਗਤ ਦੇ ਨਾਲ ਜੁੜੇ ਹੋਏ ਸਨ ਤੇ ਕਲਾਕਾਰ ਦੇ ਦੇਹਾਂਤ ਦੇ ਪਰ ਕਈ ਪੰਜਾਬੀ ਸਟਾਰਾਂ ਦੇ ਵੱਲੋਂ ਲਗਾਤਾਰ ਲੋਕਦਾ ਪ੍ਰਗਟਾਵਾ ਕੀਤਾ ਜਾ ਰਿਹਾ ਇਹਨਾਂ ਗੀਤਾਂ ਨੂੰ ਦਿੱਤੀ ਆਵਾਜ਼ ਬੂਟਾ ਪ੍ਰਦੇਸੀ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਪੰਜਾਬੀ ਗੀਤ ਚੋਟਾਂ ਦਲ ਤੇ ਲੱਗੀਆਂ ਦਸਤਾਰ ਦਲ ਤੇ ਬਾਰ ਮਹਿੰਦੀ ਛਗਣਾ ਦੀ ਧੀ ਬਾਵਲਾ ਅਤੇ ਨੱਚ ਕੇ ਵੇਖ ਲੋ ਸਮੇਤਾ ਬੰਸੀ ਵਜਾ ਕੇ ਕਾਨਾ ਅਤੇ ਭੋਲੇ ਦੇ ਬਰਾਤ ਆਗੇ ਵਰਗੇ ਪੈਰਾਂ ਨੂੰ ਆਪਣੀ ਆਵਾਜ਼ ਦਿੱਤੀ ਹੈ